सत श्री अकाल, मैं SSP मानसा सुरेंद्र लांबा आज ਤੁਹਾਡੇ ਨਾਲ ਮੁਖਾਤਿਬ ਹੈਗਾ। ਜਿਹੜੀ ਕੋਵਿਡ ਦੀ ਸਿਚੁਏਸ਼ਨ, ਜਿਹੜੀ ਕੋਰੋਨਾ ਵਾਇਰਸ ਦੀ ਸਿਚੁਏਸ਼ਨ ਜਿਹੜੀ ਹੁਣ ਨਵੀਂ ਆ ਰਹੀ ਹੈਗੀ ਆਪਣੇ ਸਾਰਿਆਂ ਦੇ ਸਾਹਮਣੇ, ਉਹਦੇ ਬਾਰੇ ਗੱਲ ਕਰਨ ਵਾਸਤੇ ਅਤੇ ਸਾਰੇ ਲੋਕਾਂ ਤੋਂ ਹੱਥ ਜੋੜ ਕੇ ਅਪੀਲ ਕਰਨ ਵਾਸਤੇ ਕਿ ਆਪਾਂ ਜਿਹੜਾ ਪਿਛਲਾ ਸਮਾਂ ਦੇਖਿਆ ਹੈਗਾ, ਪਿਛਲੇ ਸਾਲ ਮਾਰਚ ਤੋਂ ਜਿਹੜਾ ਕੋਰੋਨਾ ਵਾਇਰਸ ਦੀ ਜਿਹੜੀ ਬਿਮਾਰੀ ਫੈਲੀ ਸੀਗੀ ਅਤੇ ਫਿਰ ਉਸ ਤੋਂ ਬਾਅਦ ਉਹਦਾ ਜਿਹੜਾ ਨੁਕਸਾਨ ਆਪਾਂ ਸਾਰਿਆਂ ਨੇ ਝੇਲਿਆ ਹੈਗਾ, ਲੋਕਡਾਊਨ ਦੇ ਰੂਪ ਵਿੱਚ ਆਪਣੀ ਕੀਮਤੀ ਜਾਨਾਂ ਗਵਾ ਕੇ ਅਤੇ ਜਿਹੜਾ ਆਰਥਿਕ ਨੁਕਸਾਨ ਸਾਰਿਆਂ ਨੂੰ ਪਹੁੰਚਿਆ ਹੈਗਾ ਉਹਨੂੰ ਭੁਗਤ ਕੇ, ਅਤੇ ਉਸ ਤਰੀਕੇ ਦਾ ਜਿਹੜਾ ਨੁਕਸਾਨ ਆਪਾਂ ਨੂੰ ਹੋਇਆ ਹੈਗਾ, ਉਹ ਫਿਰ ਉਸ ਤਰੀਕੇ ਦਾ ਸਮਾਂ ਆਪਾਂ ਨੂੰ ਵਾਪਸ ਸਾਹਮਣੇ ਆ ਰਿਹਾ ਹੈਗਾ ਜਿਹਦੇ ਵਿੱਚ ਕੋਰੋਨਾ ਵਾਇਰਸ ਕਰਕੇ ਇੱਕ ਵਾਰ ਇਨਫੈਕਸ਼ਨ ਵਾਪਸ ਤੋਂ ਵੱਧ ਰਿਹਾ ਹੈਗਾ ਪੂਰੇ ਦੇਸ਼ ਭਰ ਵਿੱਚ, ਅਤੇ ਪੰਜਾਬ ਵਿੱਚ ਵੀ ਜਿਹੜਾ ਹੈਗਾ ਉਹ ਕੋਰੋਨਾ ਵਾਇਰਸ ਦੇ ਜਿਹੜੇ ਇਨਫੈਕਸ਼ਨ ਦੀ ਤਾਦਾਦ ਹੈਗੀ ਉਹ ਕਾਫੀ ਵੱਧ ਰਹੀ ਹੈਗੀ। ਇਸੇ ਦੇ ਸੰਬੰਧ ਵਿੱਚ ਮੈਂ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਹ ਜਿਹੜਾ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੈਗਾ ਇਹਦੇ ਤੋਂ ਬਚਾਅ ਦਾ ਜਿਹੜਾ ਸਭ ਤੋਂ ਜ਼ਰੂਰੀ ਉਪਾਅ ਹੈਗਾ ਉਹ ਆਪਾਂ ਨੂੰ ਕਰਨਾ ਪੈਣਾ, ਜਿਹੜਾ ਉਪਾਅ ਮਾਸਕ ਪਾਉਣ ਦਾ ਹੈਗਾ, ਅਤੇ ਮਾਸਕ ਪਾਉਣ ਦੇ ਨਾਲ ਨਾਲ ਹੱਥ ਧੋਣਾ ਅਤੇ ਦੂਰੀ ਬਣਾਏ ਰੱਖਣਾ। ਅਬ ਹੁਣ ਤੱਕ ਪਿਛਲੇ ਇੱਕ ਸਾਲ 'ਚ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੈਗਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਦਾ ਜਿਹੜਾ ਹੈਗਾ ਆਹ ਤਰੀਕਾ ਹੀ ਸਭ ਤੋਂ ਜ਼ਿਆਦਾ ਇਫੈਕਟਿਵ ਹੈਗਾ। ਇਸ ਕਰਕੇ ਮੇਰੀ ਸਾਰਿਆਂ ਤੋਂ ਬੇਨਤੀ ਹੈਗੀ ਕਿ ਆਪਾਂ ਹੁਣ ਫਿਰ ਤੋਂ ਜਿਹੜੀ ਇਹ ਢੀਲ ਪਹਿਲਾਂ ਵਿੱਚ ਆ ਗਈ ਸੀਗੀ ਉਹਨੂੰ ਛੱਡ ਕੇ ਅਤੇ ਫਿਰ ਤੋਂ ਆਪਾਂ ਮਾਸਕ ਪਾਉਣਾ ਕੰਪਲਸਰੀਲੀ ਸ਼ੁਰੂ ਕਰੀਏ, ਅਤੇ ਮਾਸਕ ਪਾਉਣ ਤੋਂ ਬਾਅਦ ਜਿਹੜਾ ਹੈਗਾ ਸਾਵਧਾਨੀ ਹੈਗੀ ਥੋੜ੍ਹੀ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੀਏ, ਭੀੜ ਭਾੜ ਵਾਲੇ ਏਰੀਏ ਤੋਂ ਦੂਰ ਰਹੀਏ, ਲੋਕਾਂ ਤੋਂ ਦੂਰ ਰਹੀਏ, ਇੱਕ ਦੂਜੇ ਨੂੰ ਟੱਚ ਨਾ ਕਰੀਏ, ਅਤੇ ਵਾਰ ਵਾਰ ਜਿਹੜਾ ਹੈਗਾ ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਬਾਅਦ ਹੱਥ ਜ਼ਰੂਰ ਧੋਈਏ। ਹੁਣ ਜਿਹੜਾ ਅਸੀਂ ਮਾਨਸਾ ਪੁਲਿਸ ਵੱਲੋਂ ਜਿਹੜਾ ਕੋਰੋਨਾ ਦੇ ਸੰਬੰਧ ਵਿੱਚ ਵੈਕਸੀਨੇਸ਼ਨ ਦਾ ਜਿਹੜਾ ਆਪਣਾ ਚੱਲ ਰਿਹਾ ਹੈਗਾ ਕੈਂਪੇਨ, ਉਹਦੇ ਸੰਬੰਧ ਵਿੱਚ ਮਾਨਸਾ ਪੁਲਿਸ ਜਿਹੜੀ ਹੈਗੀ ਉਹਨੇ 85% ਤੋਂ ਜ਼ਿਆਦਾ ਦੀ ਸਾਡੀ ਫੋਰਸ ਜਿਹੜੀ ਹੈਗੀ ਉਹਨੇ ਕੋਰੋਨਾ ਵੈਕਸੀਨੇਸ਼ਨ ਲਵਾ ਲਿਆ ਹੈਗਾ, ਅਤੇ ਉਸ ਤੋਂ ਬਾਅਦ ਲਗਭਗ ਸਾਡੀ 12% ਫੋਰਸ ਜਿਹੜੀ ਹੈਗੀ ਉਹ ਐਗਜ਼ੈਂਪਟਡ ਹੈਗੀ ਕੋਰੋਨਾ ਵੈਕਸੀਨੇਸ਼ਨ ਤੋਂ, ਉਹ ਮੈਡੀਕਲ ਰੀਜ਼ਨਸ ਕਰਕੇ, ਅਤੇ ਇਸ ਕਰਕੇ ਲਗਭਗ 95% ਜਿਹੜੀ ਹੈਗੀ ਉਹ ਮਾਨਸਾ ਦੀ ਪੁਲਿਸ ਨੇ ਆਪਣਾ ਵੈਕਸੀਨੇਸ਼ਨ ਪਹਿਲਾ ਡੋਜ਼ ਲਵਾ ਲਿਆ ਹੈਗਾ, ਅਤੇ ਉਹ ਜਿਹੜਾ ਡੋਜ਼ ਦੀ ਸ਼ੁਰੂਆਤ ਜਿਹੜਾ ਹੈਗਾ ਮਨਯੋਗ CM ਦੀ ਨਿਗਰਾਨੀ ਹੇਠ DGP ਸਾਹਿਬ ਵੱਲੋਂ ਕੀਤੀ ਗਈ ਸੀਗੀ ਪੁਲਿਸ ਵਾਸਤੇ ਵੈਕਸੀਨੇਸ਼ਨ, ਅਤੇ ਅਸੀਂ ਦੂਜਾ ਡੋਜ਼ ਜਿਹੜਾ ਹੈਗਾ ਵੈਕਸੀਨੇਸ਼ਨ ਦਾ ਉਹ ਵੀ ਲਗਭਗ 60% ਪੁਲਿਸ ਫੋਰਸ ਨੇ ਦੂਜਾ ਡੋਜ਼ ਵੀ ਲਵਾ ਲਿਆ ਹੈਗਾ, ਅਤੇ ਕੋਰੋਨਾ ਤੋਂ ਬਚਾਅ ਵਾਸਤੇ ਮਾਸਕ, ਸਮਾਜਿਕ ਦੂਰੀ ਅਤੇ ਹੱਥ ਧੋਣਾ ਜ਼ਰੂਰੀ ਹੈਗਾ, ਉਸ ਤੋਂ ਨਾਲ ਨਾਲ ਜਿਹੜਾ ਹੈਗਾ ਉਹਦੇ ਪ੍ਰੀਵੈਂਸ਼ਨ ਵਾਸਤੇ ਵੈਕਸੀਨੇਸ਼ਨ ਦਾ ਵੀ ਹੁਣ ਤੱਕ ਦੀ ਜਿਹੜੀ ਸਟੱਡੀਜ਼ ਹੈਗੀ ਉਹਦੇ ਆਧਾਰ 'ਤੇ ਕਾਫੀ ਬੜਾ ਯੋਗਦਾਨ ਹੈਗਾ, ਕਾਫੀ ਬੜੀ ਤਾਦਾਦ 'ਚ ਕਾਫੀ ਇਫੈਕਟਿਵਲੀ ਇਹਨੂੰ ਪ੍ਰੀਵੈਂਟ ਕੀਤਾ ਜਾ ਸਕਦਾ ਕੋਰੋਨਾ ਦੇ ਇਨਫੈਕਸ਼ਨ ਨੂੰ ਵੈਕਸੀਨੇਸ਼ਨ ਲਵਾ ਕੇ। ਅਤੇ ਜਿਹੜਾ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੈਂਪੇਨ ਚਲਾਈ ਹੋਈ ਹੈਗੀ ਜ਼ਿਲ੍ਹੇ ਵਿੱਚ, ਅਤੇ ਉਹਦੇ ਸੰਬੰਧ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹੈਗੇ, ਸਾਰਿਆਂ ਨੂੰ ਮੋਟੀਵੇਟ ਕਰ ਰਹੇ ਹੈਗੇ। ਆਪ ਜੀ ਨੂੰ ਸਾਰਿਆਂ ਨੂੰ ਵੱਖ ਵੱਖ ਥਾਵਾਂ 'ਤੇ ਤੁਸੀਂ ਦੇਖਿਆ ਹੋਣਾ ਪੁਲਿਸ ਨਾਕੇ ਅਤੇ ਪੈਟਰੋਲਿੰਗ ਵੱਲ ਅਤੇ ਮਾਈਕ ਲੈ ਕੇ ਅਨਾਊਂਸਮੈਂਟ ਕਰਕੇ ਸਾਰਿਆਂ ਨੂੰ ਬੇਨਤੀ ਕਰ ਰਹੀ ਹੈਗੀ ਕਿ ਤੁਸੀਂ ਜਿਹੜਾ ਹੈਗਾ ਉਹ ਮਾਸਕ ਜ਼ਰੂਰ ਪਾਓ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੋ। ਅਤੇ ਇਸੀ ਦੇ ਸੰਬੰਧ ਵਿੱਚ ਅਸੀਂ ਲਗਭਗ 2500 ਮਾਸਕ ਪਿਛਲੇ ਇੱਕ ਹਫ਼ਤੇ 'ਚ ਲੋਕਾਂ ਨੂੰ ਵੰਡ ਚੁੱਕੇ ਹੈਗੇ, ਅਤੇ ਉਸ ਤੋਂ ਇਲਾਵਾ ਜਿਹੜੇ ਬੰਦੇ ਸ਼ਰਾਰਤੀ ਹੈਗੇ, ਜਿਹੜੇ ਹੈਬਿਚੁਅਲ ਹੈਗੇ, ਵਾਰ ਵਾਰ ਵਾਰਨ ਕਰਨ ਤੋਂ ਬਾਅਦ, ਵਾਰ ਵਾਰ ਦੱਸਣ ਤੋਂ ਬਾਵਜੂਦ ਵੀ ਜਿਹੜੇ ਹੈਗੇ ਮਾਸਕ ਨਹੀਂ ਪਾਉਂਦੇ ਹੈਗੇ, ਉਸ ਤਰੀਕੇ ਦੇ ਲਗਭਗ 600 ਬੰਦਿਆਂ ਦੇ ਅਸੀਂ ਚਲਾਨ ਵੀ ਕੀਤੇ ਹੈਗੇ ਮਾਸਕ ਨਹੀਂ ਪਾਉਣ ਦੇ। ਅਤੇ ਲੋਕਾਂ ਨਾਲ ਮਿਲ ਕੇ ਅਸੀਂ ਜਿਹੜਾ ਹੈਗਾ, ਜਿਹੜੇ ਬੰਦੇ ਮਾਸਕ ਨਹੀਂ ਪਾਉਂਦੇ, ਵਾਰ ਵਾਰ ਲੋਕਾਂ ਨੂੰ ਮਿਲਦੇ ਨੇ ਅਤੇ ਭੀੜ ਭਾੜ ਵਾਲੇ ਏਰੀਏ 'ਚ ਤੁਰੇ ਫਿਰੇ ਰਹਿੰਦੇ ਹੈਗੇ, ਜਿਹੜੇ ਦਿਨ 'ਚ 10-20-30-50 ਲੋਕਾਂ ਨੂੰ ਮਿਲਦੇ ਨੇ ਅਤੇ ਉਸ ਤੋਂ ਬਾਵਜੂਦ, ਉਹਨਾਂ ਨੂੰ ਵਾਰਨਿੰਗ ਦੇਣ ਤੋਂ ਬਾਵਜੂਦ ਮਾਸਕ ਨਹੀਂ ਪਾਉਂਦੇ ਹੈਗੇ, ਉਹਨਾਂ ਦੇ ਅਸੀਂ RT-PCR ਕੋਵਿਡ ਦੇ ਟੈਸਟ ਵੀ ਕਰਾਏ ਹੈਗੇ, ਅਤੇ ਹੁਣ ਤੱਕ ਅਸੀਂ ਲਗਭਗ 2200 ਲੋਕਾਂ ਦੇ RT-PCR ਟੈਸਟ ਕਰਾ ਚੁੱਕੇ ਹੈਗੇ। ਸੋ ਦੈਟ ਕਿ ਉਹ ਟੈਸਟ ਕਰਾ ਕੇ ਉਹਦੀ ਰਿਪੋਰਟ ਆ ਜਾਏ ਅਤੇ ਉਹਨਾਂ ਤੋਂ ਕਿਸੇ ਨੂੰ ਇਨਫੈਕਸ਼ਨ ਤੋਂ ਨਹੀਂ ਹੋ ਰਿਹਾ ਹੈਗਾ ਇਹਦੇ ਬਾਰੇ ਸਾਨੂੰ ਪਤਾ ਲੱਗ ਸਕੇ, ਅਤੇ ਅਸੀਂ ਮਤਲਬ ਪ੍ਰੀਵੈਂਟਿਵ ਤੌਰ 'ਤੇ, ਮਤਲਬ ਸਾਵਧਾਨੀ ਦੇ ਤੌਰ 'ਤੇ ਲੋਕਾਂ ਦਾ ਬਚਾਅ ਕਰ ਸਕੀਏ। ਅਤੇ ਮੇਰੀ ਸਾਰੇ ਲੋਕਾਂ ਤੋਂ ਅਪੀਲ ਹੈਗੀ, ਸਾਰੇ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਹੈਗੀ ਹੱਥ ਜੋੜ ਕੇ ਕਿ ਆਪਾਂ ਸਾਰੇ ਜਿਹੜਾ ਹੈਗਾ, ਜਿਹੜਾ ਕੋਈ ਦੁਕਾਨਦਾਰ ਹੈਗਾ, ਕੋਈ ਆੜਤੀਆ ਹੈਗਾ, ਕੋਈ ਵਪਾਰੀ ਹੈਗਾ, ਕੋਈ ਸਮਾਜ ਸੇਵੀ ਹੈਗਾ, ਕੋਈ ਪੱਤਰਕਾਰ ਹੈਗਾ, ਕੋਈ ਮੁਲਾਜ਼ਮ ਹੈਗਾ, ਕੋਈ ਵੀ ਜਿਹੜਾ ਹੈਗਾ, ਜਿਹੜੇ ਦਿਨ 'ਚ 10-20-50 ਲੋਕਾਂ ਨੂੰ ਪਬਲਿਕ
ਨੂੰ ਆਪਾਂ ਮਿਲਦੇ ਹੈਗੇ ਜਾਂ ਕੋਈ ਸਮਾਨ ਲੈਂਦੇ ਹੈਗੇ ਦਿੰਦੇ ਹੈਗੇ ਕੁਛ ਵੀ ਕੰਮ ਕਰਦੇ ਹੈਗੇ ਆਪਣਾ ਵਪਾਰ ਕਰਦੇ ਹੈਗੇ ਤਾਂ ਆਪਾਂ ਜ਼ਰੂਰ ਉਹ ਸਾਰੇ ਬੰਦੇ ਸੁਪਰ ਸਪਰੈਡਰ ਹੋ ਸਕਦੇ ਨੇ ਉਹਨਾਂ ਤੋਂ ਅੱਗੇ ਕੋਰੋਨਾ ਵਾਇਰਸ ਦਾ ਜਿਹੜਾ ਸਪਰੈਡ ਵੱਧ ਸਕਦਾ ਹੈਗਾ ਅਤੇ ਉਹ ਸਾਰੇ ਹੱਥ ਵਾਰ ਵਾਰ ਆਪਣੇ ਧੋਂਦੇ ਰਹਿਣ ਅਤੇ ਮਾਸਕ ਜ਼ਰੂਰ ਪਾ ਕੇ ਰੱਖਣ ਆਪਾਂ ਸਾਰੇ ਮਿਲ ਕੇ ਹੀ ਜਿਹੜੀ ਕੋਰੋਨਾ ਵਾਇਰਸ ਦੀ ਬਿਮਾਰੀ ਜਿਹੜੀ ਹੈਗੀ ਜਿਹੜਾ ਵਾਇਰਸ ਹੈਗਾ ਇੱਥੋਂ ਆਪਾਂ ਜਿੱਤੇ ਵੀ ਹੈਗੇ ਆਪਾਂ ਸਾਰੇ ਮਿਲ ਕੇ ਹੀ ਜਿਹੜੀ ਲੜਾਈ ਜਿੱਤੀ ਹੈਗੀ ਅਤੇ ਹੁਣ ਵੀ ਜਿਹੜੀ ਆ ਵਾਪਸ ਕੋਰੋਨਾ ਜਿਹੜਾ ਵਾਇਰਸ ਹੈਗਾ ਉਹ ਫੈਲਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਇਹਨੂੰ ਆਪਾਂ ਸ਼ੁਰੂ 'ਚ ਹੀ ਆਪਾਂ ਰੋਕ ਲੈਣਾ ਹੈਗਾ ਅਤੇ ਇਹਨੂੰ ਅੱਗੇ ਨਹੀਂ ਵਧਣ ਦੇਣਾ ਹੈਗਾ ਅਤੇ ਆਪਾਂ ਮਿਲ ਕੇ ਸਾਰੇ ਇਹਨੂੰ ਰੋਕਣਾ ਹੈਗਾ ਸੋ ਦੈਟ ਕਿ ਆਪਾਂ ਉਹ ਫਿਰ ਤੋਂ ਉਸ ਤਰੀਕੇ ਦੀ ਪਿੱਛੇ ਵਾਲੀ ਸਿਚੁਏਸ਼ਨ 'ਤੇ ਨਾ ਜਾਈਏ ਲੋਕਡਾਊਨ ਦੀ ਨੌਬਤ ਨਾ ਆਵੇ ਫਾਈਨੈਂਸ਼ੀਅਲ ਨੁਕਸਾਨ ਲੋਕਾਂ ਦਾ ਨਾ ਹੋਵੇ ਅਤੇ ਨਾਲ ਜਿਹੜੀ ਹੈਗੀ ਕੀਮਤੀ ਜਾਨਾਂ ਆਪਾਂ ਬਚਾ ਸਕੀਏ ਜੈ ਹਿੰਦ ਧੰਨਵਾਦ हक ते सच दी खबर ले लाइक ते सब्सक्राइब करो पंजाब दा नंबर 1 डिजिटल न्यूज़ चैनल द फैक्ट न्यूज़।